Hello everyone, here is your Reet Kaur and welcome back to your favorite channel Earn Money Job. First of all, I just want to apologize all of you ki main ne time tak tuhanu koi video nahi upload kar pai due to some personal reason, but this won't be let you another time. Ime da agli var nahi hoga naal di naal tuhadi ri tuhanu government jobs de naal update rakhegi tuhade favorite channel Earn Money Job te. So aaj main tuhade leke aayi hai kuch recent vacancies jehdiyan mere friends tusi fill karniyan ne. So watch this video till the end. So ji sab to pehla jehdi vacancy aayi hai oh hegi aa ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਸੋ ਇਹਦੇ ਵਿੱਚ ਵੈਕੈਂਸੀਆਂ ਤੁਸੀਂ ਦੇਖ ਸਕਦੇ ਹੋ ਪੇ ਸਕੇਲ ਕਾਫੀ ਵਧੀਆ ਹੈਗਾ ਵਾ ਸਭ ਤੋਂ ਪਹਿਲੀ ਵੈਕੈਂਸੀ ਹੈਗੀ ਆ ਜ਼ਿਲ੍ਹਾ ਫੰਕਸ਼ਨਲ ਮੈਨੇਜਰ ਲਾਈਵਲੀਹੁੱਡ ਜ਼ਿਲ੍ਹਾ ਫੰਕਸ਼ਨਲ ਮੈਨੇਜਰ ਇੰਸਟੀਟਿਊਸ਼ਨਲ ਬਿਲਡਿੰਗ ਕੈਪੈਸਿਟੀ ਬਿਲਡਿੰਗ ਅਤੇ ਟ੍ਰੇਨਿੰਗ ਜ਼ਿਲ੍ਹਾ ਅਕਾਊਂਟੈਂਟ ਦੀ ਵੈਕੈਂਸੀ ਆ ਜ਼ਿਲ੍ਹਾ SIS ਮੈਨੇਜਰ ਦੀ ਕਲਸਟਰ ਕੋਆਰਡੀਨੇਟਰ ਦੀ BPM livelihood di. So total vacancy jehdiyan ne 16 vacancies ne te di last date jehdi hai 19 July hai. Friend ese video de naal last de upar main tuhanu dassan lagi ki tusi itthe kiddan form fill kar sakde ho jehde vi main tuhanu dass rahi hai inna di jekar tusi full detail chahunde ho te oh vi main tuhanu ese video de last te dass davangi kyunki main sariyan vacancies in short de vich hi dass rahi hai tuhanu. Next vacancy hai friend zila agli vacancy ਭਰਤੀ ਸੰਬੰਧੀ ਸੂਚਨਾ ਜਿਹੜੀ ਆ ਉਹ ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਆਫਿਸਰ ਅੰਮ੍ਰਿਤਸਰ ਦੇ ਵਿੱਚ ਹੈ ਜਿਹਦੇ ਵਿੱਚ ਵੈਕੈਂਸੀਆਂ ਦੇ ਨਾਂ ਤੁਹਾਨੂੰ ਦੱਸ ਦੇਣੀ ਹੈ ਜੀ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਇੱਕ ਵੈਕੈਂਸੀ ਬਾਲ ਸੁਰੱਖਿਆ ਅਫਸਰ ਫਿਰ ਇੱਕ ਵੈਕੈਂਸੀ ਆ ਲੀਗਲ ਕਮ ਪ੍ਰੋਬੇਸ਼ਨ ਆਫਿਸਰ ਦੀ ਇੱਕ ਵੈਕੈਂਸੀ ਆ ਅਤੇ ਪ੍ਰੋਬੇਸ਼ਨ ਆਫਿਸਰ ਫੀਮੇਲ ਕੈਟੇਗਰੀ ਵਾਸਤੇ ਇੱਕ ਵੈਕੈਂਸੀ ਆ ਪੇ ਸਕਿੱਲ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਸ਼ੋਅ ਹੋ ਰਹੀ ਹੈ ਡੋਂਟ ਸੀ ਕਿ ਨੰਬਰ ਇੱਕ ਇੱਕ ਵੈਕੈਂਸੀਆਂ ਨੇ ਜਿੱਥੇ ਵੀ ਕਿਤੇ ਵੀ ਵੈਕੈਂਸੀਜ਼ ਸ਼ੋਅ ਹੁੰਦੀਆਂ ਨਾਲ ਦੇ ਨਾਲ ਤੁਹਾਨੂੰ ਇਸ ਚੈਨਲ ਦੇ ਥਰੂ ਇਨਫੋਰਮੇਸ਼ਨ ਮਿਲਦੀ ਹੈ ਇਹਨੂੰ ਲਾਸਟ ਡੇਟ ਫਿਲ ਕਰਨ ਦੀ ਵੀ ਜਿਹੜੀ ਆ ਉਹ ਹੈਗੀ ਆ 5/8/2019 ਜੇਕਰ ਤੁਹਾਨੂੰ ਇਸੇ ਦੇ ਰਿਲੇਟਡ ਫਰਦਰ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਸਾਈਟ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਸ਼ੋਅ ਹੋ ਰਹੀ ਹੈ ਤੁਸੀਂ ਇੱਥੇ ਵਿਜ਼ਿਟ ਕਰ ਸਕਦੇ ਹਾਂ ਨੈਕਸਟ ਵੈਕੈਂਸੀ ਆ ਫਰੈਂਡ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਦੇ ਵਿੱਚ ਇਸ ਦੇ ਵਿੱਚ ਜਿਹੜਾ ਹੈਗਾ ਵਾ ਐਡਵਰਟਾਈਜ਼ਮੈਂਟ ਨੋਟਿਸ ਹੈਗਾ ਫੋਰ ਏਮਸ ਬਠਿੰਡਾ ਜਿਹੜਾ ਬਠਿੰਡਾ ਦੇ ਵਿੱਚ ਨਵਾਂ ਏਮਸ ਜਿਹੜਾ ਖੁੱਲ੍ਹ ਚੁੱਕਾ ਵਾ ਉਸਦੇ ਰਿਲੇਟਡ ਜਿਹੜੀਆਂ ਨੇ ਵੈਕੈਂਸੀਜ਼ ਨੇ ਸੋ ਇਹਦੇ ਵਿੱਚ ਵੈਕੈਂਸੀਜ਼ ਅਕਾਊਂਟ ਆਫਿਸਰ ਦੀਆਂ ਨੇ ਟਿਊਟਰ ਕਲੀਨਿਕਲ ਇੰਸਟਰਕਟਰ ਦੀਆਂ ਨੇ ਅਸਿਸਟੈਂਟ ਐਡਮਿਨਿਸਟ੍ਰੇਟਿਵ ਆਫਿਸਰ ਦੀਆਂ ਨੇ ਮੈਡੀਕਲ ਆਫਿਸਰ ਦੀ ਹੈ ਅਸਿਸਟੈਂਟ ਦੀ ਆ ਪਰਸਨਲ ਅਸਿਸਟੈਂਟ ਸਟੋਰ ਕੀਪਰ ਦੀਆਂ ਦੋ ਵੈਕੈਂਸੀਜ਼ ਨੇ ਟੈਕਨੀਕਲ ਅਸਿਸਟੈਂਟ ਟੈਕਨੀਸ਼ੀਅਨ ਦੀਆਂ ਨੇ ਲੈਬ ਟੈਕਨੀਸ਼ੀਅਨ ਦੀਆਂ ਨੇ ਅਪਰ ਡਿਵੀਜ਼ਨ ਕਲਰਕ ਕੈਸ਼ੀਅਰ ਸਟੀਨੋਗ੍ਰਾਫਰ ਅਤੇ ਲੋਅਰ ਡਿਵੀਜ਼ਨ ਕਲਰਕ ਦੀਆਂ ਇਹ ਵੈਕੈਂਸੀਜ਼ ਆਈਆਂ ਨੇ ਸੋ ਟੋਟਲ ਨੰਬਰ ਆਫ ਵੈਕੈਂਸੀਜ਼ ਜਿਹੜੀਆਂ ਨੇ 39 ਨੇ ਇਹਨੂੰ ਇਸ ਦੇ ਰਿਲੇਟਡ ਕੋਈ ਫਰਦਰ ਇਨਫੋਰਮੇਸ਼ਨ ਚਾਹੁੰਦੇ ਹਾਂ ਤਾਂ ਤੁਹਾਡੇ ਸਾਹਮਣੇ ਸਾਈਡ ਸਕਰੀਨ ਦੇ ਉੱਪਰ ਸ਼ੋਅ ਹੋਣ ਦੀ ਆ ਦੈਟ ਇਜ਼ www.pgi.mer.edu.in ਸੋ ਇਹਦੀ ਲਾਸਟ ਡੇਟ ਜਿਹੜੀ ਆ ਫੋਰਮ ਫਿਲ ਕਰਨ ਦੀ ਉਹ 7 August 2019 ਆ ਜਿਹੜੇ ਵੀ ਇਹਨਾਂ ਵਾਲੀ ਕੈਟੇਗਰੀਜ਼ 'ਚ ਫਾਲ ਕਰਦੇ ਆ ਉਹ ਫੋਰਮ ਜਿਹੜਾ ਆਪਣਾ ਜ਼ਰੂਰ ਫਿਲ ਕਰਨ ਅਗਲੀ ਵੈਕੈਂਸੀ ਆ ਫਰੈਂਡ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਵੱਲੋਂ ਮਾਨਸਾ ਦੇ ਵਿੱਚ ਇਸ ਦੇ ਵਿੱਚ ਵੈਕੈਂਸੀ ਆਈਆਂ ਨੇ ਸੈਂਟਰ ਐਡਮਿਨਿਸਟ੍ਰੇਟਰ ਦੀਆਂ ਅਤੇ ਕੇਸ ਵਰਕਰ ਦੀਆਂ ਸੋ ਜਿਹੜੀਆਂ ਨੇ ਇਹਦੀ ਕੁਆਲੀਫਿਕੇਸ਼ਨ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਸ਼ੋਅ ਹੋ ਰਹੀ ਹੈ ਅਤੇ ਤੁਹਾਡੇ ਸਾਹਮਣੇ ਜਿਹੜੇ ਪੇ ਸਕਿੱਲ ਵੀ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਵਾ ਇਹਨੂੰ ਲਾਸਟ ਡੇਟ ਜਿਹੜੀ ਹੈ ਤੁਸੀਂ 8 August ਤੋਂ ਪਹਿਲਾਂ ਅਵੇਲੇ ਫੋਰਮ ਫਿਲ ਕਰਨੇ ਆ ਫਰਦਰ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਸਾਈਟ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਸ਼ੋਅ ਹੋ ਰਹੀ ਹੈ ਜੇਕਰ ਕੋਈ ਚੀਜ਼ ਫਿਰ ਵੀ ਕਲੀਅਰ ਨਹੀਂ ਹੈਗੀ ਇੱਕ ਤਾਂ ਕਮੈਂਟ ਬਾਕਸ 'ਚ ਤੁਸੀਂ ਮੈਨੂੰ ਪੁੱਛ ਸਕਦੇ ਹਾਂ ਮੂਵਿੰਗ ਟੂ ਦ ਨੈਕਸਟ ਵੈਕੈਂਸੀ ਅਗਲੀ ਵੈਕੈਂਸੀ ਫਰੈਂਡਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਆਈ ਹੈ ਜਿਸ ਦੇ ਵਿੱਚ ਇਹਨਾਂ ਨੇ ਵੈਕੈਂਸੀ ਕੱਢੀ ਨੇ ਫੋਰ ਦਾ ਪੋਸਟ ਆਫ ਰਜਿਸਟਰਾਰ ਡੀਨ CDC ਪ੍ਰੋਫੈਸਰ ਐਸੋਸੀਏਟ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰ ਡਾਇਰੈਕਟਰ ਯੂਥ ਵੈਲਫੇਅਰ ਡਿਪਟੀ ਡਾਇਰੈਕਟਰ ਫਿਜ਼ੀਕਲ ਐਜੂਕੇਸ਼ਨ ਕੈਂਪਸ ਅਤੇ ਮੈਡੀਕਲ ਆਫਿਸਰ ਅਤੇ CGJDO ਇਨ ਦਾ ਯੂਨੀਵਰਸਿਟੀ ਸੋ ਇਹਨਾਂ ਸਾਰੀਆਂ ਵੈਕੈਂਸੀਜ਼ ਜਿਹੜੀਆਂ ਨੇ ਇਹਦੇ ਤੁਸੀਂ ਜਿਹੜੇ ਫੋਰਮ ਫਿਲ ਕਰਨੇ ਨੇ ਇਹ 2 August ਤੋਂ ਪਹਿਲਾਂ ਜਿਹੜੇ ਆ ਤੁਸੀਂ ਫੋਰਮ ਫਿਲ ਕਰਕੇ ਇਹਨਾਂ ਨੂੰ ਦੇਣੇ ਆ ਫਰਦਰ ਇਨਫੋਰਮੇਸ਼ਨ ਲੈਣ ਲਈ ਸਾਈਟ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਸ਼ੋਅ ਹੋ ਰਹੀ ਹੈ ਫਰੈਂਡਸ ਮੈਂ ਇਹਨਾਂ ਦੇ ਰਿਲੇਟਡ ਤੁਹਾਨੂੰ ਡਿਟੇਲ ਨਹੀਂ ਦੱਸ ਪਾਉਣ ਦੀ ਵੀ ਕਿਹਦੇ ਲਈ ਕਿਹੜੀ ਕੁਆਲੀਫਿਕੇਸ਼ਨ ਚਾਹੀਦੀ ਹੈ ਅਦਰਵਾਈਜ਼ ਇਸ ਵੀਡੀਓ ਵਿਲ ਬੀ ਟੂ ਲੌਂਗ ਉਹ ਆਪਾਂ ਇੰਨੀ ਵੱਡੀ ਕਰ ਨਹੀਂ ਸਕਦੇ ਜਿਹੜੀ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਆਈ ਥਿੰਕ ਜਿਹਨਾਂ ਵਾਸਤੇ ਇਹ ਵੈਕੈਂਸੀਜ਼ ਆ ਉਹਨਾਂ ਨੂੰ ਸ਼ੋਅਰ ਪਤਾ ਲੱਗ ਰਿਹਾ ਹੋਊਗਾ ਫਿਰ ਵੀ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਯੂ ਕੈਨ ਆਸਕ ਮੀ ਇਨ ਦਾ ਕਮੈਂਟ ਬਾਕਸ ਮੂਵਿੰਗ ਟੂ ਦ ਨੈਕਸਟ ਵੈਕੈਂਸੀ ਤਾਂ ਅਗਲੀ ਵੈਕੈਂਸੀ ਜਿਹੜੀ ਆ ਪੰਜਾਬ ਸਰਕਾਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਗੁਰਦਾਸਪੁਰ ਦੇ ਜਿਹੜੇ ਉਸ ਵੱਲੋਂ ਆਈ ਆ ਸੋ ਇਹਦੇ ਵਿੱਚ ਜਿਹੜੀ ਆ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੋਜ਼ਗਾਰ ਗਾਰਮੈਂਟ ਸਕੀਮ ਜਿਹੜੀ ਆ ਉਹਦੇ ਵੱਲੋਂ 45 ਅਸਾਮੀਆਂ ਟੈਕਨੀਕਲ ਅਸਿਸਟੈਂਟ
ਅਤੇ ਗ੍ਰਾਮ ਰੋਜ਼ਗਾਰ ਜਿਹੜੇ ਸੇਵਕ ਉਹਨਾਂ ਦੀਆਂ ਵੈਕੈਂਸੀਜ਼ ਆਈਆਂ ਨੇ। ਲਾਸਟ ਡੇਟ ਇਹਨਾਂ ਨੂੰ 26/7/2019 ਤੱਕ ਤੁਸੀਂ ਫੋਰਮ ਫਿਲ ਕਰਨੇ ਆ। ਫਰਦਰ ਇਨਫੋਰਮੇਸ਼ਨ ਲੈਣ ਲਈ ਸਾਈਟ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਸ਼ੋਅ ਹੋ ਰਹੀ ਹੈ। ਇਹ ਵੀਡੀਓ ਅਪਲੋਡ ਕਰਨ ਦਾ ਸਿਰਫ ਮੇਨ ਮੋਟਿਵ ਹੈ ਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਕਿਹੜੇ ਕਿਹੜੇ ਡਿਪਾਰਟਮੈਂਟ 'ਚ ਕਿਹੜੀਆਂ ਕਿਹੜੀਆਂ ਵੈਕੈਂਸੀਜ਼ ਓਪਨ ਹੋਣੀਆਂ ਨੇ। ਇਹੋ ਜਿਹੀਆਂ ਵੈਕੈਂਸੀਜ਼ ਓਪਨ ਰਹਿੰਦੀਆਂ ਨੇ, ਉਸ ਦੇ ਬਾਅਦ ਤੁਸੀਂ ਚੈਨਲ ਸਬਸਕ੍ਰਾਈਬ ਕਰ ਸਕਦੇ ਹਾਂ, ਲਾਗੇ ਬੈਲ ਦਾ ਆਈਕਨ ਪ੍ਰੈਸ ਕਰ ਸਕਦੇ ਹਾਂ। ਨੈਕਸਟ ਵੈਕੈਂਸੀ ਜਿਹੜੀ ਹੈ ਫਰੈਂਡਸ, ਉਹ ਦਫ਼ਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਪਠਾਨਕੋਟ ਦੇ ਵੱਲੋਂ ਜਿਹੜੀਆਂ ਨੇ ਉਹਦੇ ਵਿੱਚ ਵੈਕੈਂਸੀਜ਼ ਆਈਆਂ ਨੇ, ਜਿਸ ਦੇ ਵਿੱਚ ਉਹਨਾਂ ਨੇ ਸੈਕਟਰੀ ਦੀ ਜਿਹੜੀ ਆ ਉਹ ਵੈਕੈਂਸੀ ਫਿਲ ਕਰਨੀ ਆ। ਸੋ ਇਹਦੇ ਵਿੱਚ ਰੈੱਡ ਕਰਾਸ ਸੁਸਾਇਟੀ ਦੇ ਵੱਲੋਂ ਪਠਾਨਕੋਟ ਦੇ ਵਿੱਚ ਜਿਹੜੀ ਆ ਸੈਕਟਰੀ ਦੀ ਵੈਕੈਂਸੀ ਦੇ ਵਾਸਤੇ ਇਹ ਵਾਲੇ ਫੋਰਮ ਜਿਹੜੇ ਆ ਤੁਹਾਡੇ ਸਾਹਮਣੇ ਆ। ਇਹ ਵਾਲੀ ਵੈਕੈਂਸੀ ਤੁਸੀਂ ਫਿਲ ਕਰ ਸਕਦੇ ਆ 19/7/2019 ਤੱਕ। ਸੋ ਫਰੈਂਡਸ, ਆ ਮੈਂ ਤੁਹਾਨੂੰ ਕੁਝ ਦੱਸਣ ਲੱਗੀ ਹਾਂ GK ਨੋਟਸ ਨੂੰ, ਬਟ ਇਸ ਤੋਂ ਅੱਗੇ ਵੀ ਜਿਹੜੀਆਂ ਨੇ ਵੈਕੈਂਸੀਜ਼ ਹੈਗੀਆਂ ਨੇ। ਸੋ ਵਾਚ ਦਿਸ ਵੀਡੀਓ ਟਿਲ ਦੈਨ, ਆਈ ਵਿਲ ਟੇਕ ਜਸਟ ਫਿਊ ਸੈਕਿੰਡਸ ਕਿ ਜੇਕਰ ਤੁਸੀਂ ਫ੍ਰੀ GK ਸਟੱਡੀ ਨੋਟਸ ਚਾਹੁੰਦੇ ਹੋ ਫੋਰ ਕਰੈਕਿੰਗ ਇਗਜ਼ਾਮ ਫੋਰ ਐਨੀ ਗੌਰਮੈਂਟ ਜੋਬ, ਕਿਉਂਕਿ ਹਰ ਇੱਕ ਗੌਰਮੈਂਟ ਜੋਬ ਦੇ ਵਿੱਚ GK ਪੋਰਸ਼ਨ ਜ਼ਰੂਰ ਆਉਂਦਾ ਹੈ, ਉਸ ਦੇ ਵਾਸਤੇ ਜੇਕਰ ਤੁਸੀਂ ਫ੍ਰੀ ਆਫ ਕੋਸਟ ਚਾਹੁੰਦੇ ਹੋ, ਜਿਹੜੇ ਕਿ ਪਿਛਲੇ ਸਾਲਾਂ ਦੇ GK ਨੋਟਸ ਜਿਹੜੇ ਕੁਸ਼ਚਨ ਪੇਪਰ ਆਏ ਉਹਨਾਂ ਦੇ ਵਿੱਚੋਂ ਬਹੁਤ ਬੈਨੀਫਿਸ਼ੀਅਲ ਮੈਥਡ ਹੁੰਦਾ ਹੈ, ਬਹੁਤ ਬੈਨੀਫਿਸ਼ੀਅਲ ਮਟੀਰੀਅਲ ਆ। ਸੋ ਇਫ ਯੂ ਵਾਂਟ ਦੀਸ ਨੋਟਸ ਫ੍ਰੀ ਆਫ ਕੋਸਟ, ਯੂ ਹੈਵ ਟੂ ਸਬਸਕ੍ਰਾਈਬ ਅਵਰ ਯੂਟਿਊਬ ਚੈਨਲ। ਸਾਡਾ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ, ਉਹਦੇ ਲਾਗੇ ਇੱਕ ਬੈਲ ਦਾ ਆਈਕਨ ਹੈ ਉਹਨੂੰ ਪ੍ਰੈਸ ਕਰਨਾ ਹੈ। ਉਸ ਤੋਂ ਬਾਅਦ ਜਿਹੜਾ ਮੈਂ ਤੁਹਾਨੂੰ ਹੁਣ ਕੁਸ਼ਚਨ ਪੁੱਛਣ ਲੱਗੀ ਹਾਂ ਉਹਦਾ ਆਨਸਰ ਤੁਸੀਂ ਕਮੈਂਟ ਬਾਕਸ 'ਚ ਦੇਣਾ ਹੈ, ਅਤੇ ਨਾਲ ਦੇ ਨਾਲ ਆਪਣੀ ਈਮੇਲ ID ਜ਼ਰੂਰ ਦੇਣੀ ਆ। ਜੇਕਰ ਤੁਹਾਡਾ ਆਨਸਰ ਠੀਕ ਹੋਇਆ ਤਾਂ ਤੁਹਾਡੀ ਈਮੇਲ ID ਦੇ ਉੱਤੇ ਫ੍ਰੀ GK ਨੋਟਸ ਤੁਹਾਨੂੰ ਮੇਲ ਕੀਤੇ ਜਾਣਗੇ। ਸੋ ਅੱਜ ਦਾ ਕੁਸ਼ਚਨ ਜਿਹੜਾ ਫਰੈਂਡਸ ਉਹ ਹੈਗਾ ਹੈ, ਬਿਫੋਰ ਬਿਲਡਿੰਗ ਚੰਡੀਗੜ੍ਹ ਵਿੱਚ ਸਿਟੀ ਇਜ਼ ਦਾ ਕੈਪੀਟਲ ਫੋਰ ਪੰਜਾਬ। ਆਪਸ਼ਨ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ। ਇਫ ਯੂ ਆਰ ਪ੍ਰਪੇਅਰਿੰਗ ਫੋਰ ਐਨੀ ਆਫ ਦਾ ਇਗਜ਼ਾਮ ਫੋਰ ਗੌਰਮੈਂਟ ਜੋਬ, ਤਾਂ ਤੁਹਾਨੂੰ GK ਸਟੱਡੀ ਨੋਟਸ ਜ਼ਰੂਰ ਚਾਹੀਦੇ ਹੋਣਗੇ, ਤੁਸੀਂ ਆਨਸਰ ਕਰ ਸਕਦੇ ਹਾਂ, ਤਾਂ ਫ੍ਰੀ GK ਨੋਟਸ ਜਿਹੜੇ ਤੁਹਾਨੂੰ ਤੁਹਾਡੀ ਮੇਲ ਕੀਤੀ ਜਾਣਗੇ। ਸੋ ਮੂਵਿੰਗ ਟੂ ਦਾ ਨੈਕਸਟ ਵੈਕੈਂਸੀ, ਅਗਲੀ ਵੈਕੈਂਸੀ ਆ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ। ਉਸ ਦੇ ਵਿੱਚ ਵੈਕੈਂਸੀਜ਼ ਕੱਢੀਆਂ ਨੇ ਰਜਿਸਟਰਾਰ ਦੀਆਂ, ਅਸਿਸਟੈਂਟ ਕੰਟਰੋਲਰ ਆਫ ਐਗਜ਼ਾਮੀਨੇਸ਼ਨ ਅਤੇ ਆਫਿਸ ਸੁਪਰੀਡੈਂਟ ਦੀਆਂ। ਐਲੀਜੀਬਿਲਟੀ ਕ੍ਰਾਈਟੀਰੀਆ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਹੈ, ਮੈਂ ਤੁਹਾਨੂੰ ਡਿਟੇਲ ਤੱਕ ਜਿਹੜਾ ਉਹ ਨਹੀਂ ਦੱਸ ਸਕਦੀ। ਜੇਕਰ ਤੁਹਾਨੂੰ ਇਸ ਦੇ ਰਿਲੇਟਡ ਫਰਦਰ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਮੈਨੂੰ ਪੁੱਛ ਸਕਦੇ ਆ। ਹੁਣ ਮੈਡੀਕਲ ਲਾਈਨ ਦੇ ਵਿੱਚ ਕਾਫੀ ਵੈਕੈਂਸੀਜ਼ ਨਿਕਲੀਆਂ, ਕਿਉਂਕਿ ਬਠਿੰਡਾ ਦੇ ਵਿੱਚ ਏਮਸ ਵੀ ਖੁੱਲ੍ਹ ਚੁੱਕਿਆ ਹੈ। ਇਹਨਾਂ ਦੇ ਨਾਲ ਟਿਊਨਡ ਰਹਿਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹਾਂ ਅਤੇ ਨਾਲ ਰਹਿ ਸਕਦੇ ਹਾਂ। ਮੂਵਿੰਗ ਟੂ ਦਾ ਨੈਕਸਟ ਵੈਕੈਂਸੀ ਦਾ ਫਰੈਂਡਸ, ICAR ਦੈਟ ਇਜ਼ ਸੈਂਟਰਲ ਇੰਸਟੀਟਿਊਟ ਫੋਰ ਰਿਸਰਚ ਔਨ ਬਫੈਲੋ ਸਬ ਕੈਂਪਸ ਦੁਸਾਂਝ ਜਿਹੜਾ ਵਾ ਉਹਦੇ ਵਿੱਚ ਨਾਭਾ ਦੇ ਵਿੱਚ ਜਿਹੜੀਆਂ ਵੈਕੈਂਸੀਜ਼ ਆ, ਇਹਦੇ ਵਿੱਚ ਸਿੱਧੀ ਇੰਟਰਵਿਊ ਹੋਣ ਵਾਲੀ ਆ ਫਰੈਂਡਸ ਫੋਰ ਯੰਗ ਪ੍ਰੋਫੈਸ਼ਨਲ। ਸੋ ਇਹ ਟੋਟਲੀ ਜਿਹੜਾ ਪਹਿਲਾਂ ਕੰਟਰੈਕਟ ਬੇਸ 'ਤੇ ਹੋਣੀ ਆ, ਉਸ ਤੋਂ ਬਾਅਦ 'ਚ ਰੈਗੂਲਰ ਕਰ ਦਿੰਦੇ ਨੇ। ਸੋ ਇਸ ਦੇ ਵਾਸਤੇ ਤੁਸੀਂ ਜਿਹੜੀ ਆ ਸਿੱਧੀ ਇੰਟਰਵਿਊ ਦੇ ਵਾਸਤੇ ਜਿਹੜੇ ਆ 22/7/2019 ਨੂੰ ਮੂਵ ਕਰ ਸਕਦੇ ਆ, ਉੱਥੇ ਪਹੁੰਚ ਸਕਦੇ ਆ। ਫਰਦਰ ਇਨਫੋਰਮੇਸ਼ਨ ਲੈਣ ਲਈ ਸਾਈਟ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਸ਼ੋਅ ਹੋ ਰਹੀ ਹੈ। ਨੈਕਸਟ ਵੈਕੈਂਸੀ ਆ ਫਰੈਂਡਸ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ। ਸੋ ਮੈਡੀਕਲ ਲਾਈਨ ਵਾਲਿਆਂ ਨੂੰ ਬਹੁਤ ਸਾਰੀਆਂ ਵੈਕੈਂਸੀ ਜਿਵੇਂ ਦੱਸ ਰਹੀ ਹਾਂ, ਈਵਨ ਕਿ ਜਿਹੜੇ 5ਵੀਂ ਪਾਸ ਨੇ 10ਵੀਂ ਪਾਸ ਨੇ ਉਹਨਾਂ ਦੇ ਵਾਸਤੇ ਵੀ, ਜਿੱਦਾਂ ਹੁਣ ਉਹਦੇ ਵਿੱਚ ਹੈਲਪਰਸ ਦੀ ਜਿਹੜੀਆਂ ਨੇ ਵੈਕੈਂਸੀਜ਼ ਓਪਨ ਹੋਣੀਆਂ ਨੇ ਏਮਸ ਬਠਿੰਡਾ ਦੇ ਵਿੱਚ, ਉਹ ਵਾਲੀਆਂ ਵੈਕੈਂਸੀਜ਼ ਜਦੋਂ ਵੀ ਆਉਂਦੀਆਂ ਨਾਲ ਦੇ ਨਾਲ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਰਹਿੰਦੀ ਹੈ। ਜਿਹੜੇ ਨਿਊ ਸਬਸਕ੍ਰਾਈਬਰ ਮੈਂ ਦੱਸਦੇ ਨੇ ਕਿ ਇਹੋ ਜਿਹੀਆਂ ਵੈਕੈਂਸੀਜ਼ ਦੇ ਨਾਲ ਅਪਡੇਟ ਰਹਿਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਆ। ਸੋ ਫਰੀਦਕੋਟ ਦੇ ਵਿੱਚ ਵੈਕੈਂਸੀਜ਼ ਨਿਕਲੀਆਂ ਨੇ ਫਰੈਂਡਸ, ਇਹਦੇ ਵਿੱਚ ਇਹਨਾਂ ਨੇ ਐਪਲੀਕੇਸ਼ਨਸ ਮੰਗੇ ਨੇ ਫੋਰ ਦਾ ਪੋਸਟ ਫੋਰ ਲੈਬੋਰਟਰੀ ਟੈਕਨੀਸ਼ੀਅਨ। ਸੋ 5/8 ਜਿਹੜੇ 5 ਅਗਸਤ ਤੋਂ ਪਹਿਲਾਂ ਤੁਸੀਂ ਜਿਹੜੇ ਫੋਰਮ ਫਿਲ ਕਰਨੇ ਆ ਫੋਰ ਦਾ ਪੋਸਟ ਆਫ ਲੈਬੋਰਟਰੀ ਟੈਕਨੀਸ਼ੀਅਨ, ਫਰਦਰ ਇਨਫੋਰਮੇਸ਼ਨ ਲੈਣ ਲਈ ਸਾਈਟ 'ਤੇ ਤੁਸੀਂ ਦੇਖ ਸਕਦੇ ਆ, ਵਿਜ਼ਿਟ ਕਰ ਸਕਦੇ ਆ। ਨੈਕਸਟ ਵੈਕੈਂਸੀ ਆ ਫਰੈਂਡਸ, ਪੰਜਾਬ ਮਿਊਨਸੀਪਲ ਇਨਫਰਾਸਟਰਕਚਰ ਡਿਵੈਲਪਮੈਂਟ ਕੰਪਨੀ ਦੇ ਵੱਲੋਂ ਵੈਕੈਂਸੀ ਨੋਟਿਸ ਹੈਗਾ ਵਾ, ਇਹਨਾਂ ਨੇ ਫਿਲ ਕਰਨੀ ਆ ਸੀਨੀਅਰ ਅਸਿਸਟੈਂਟ ਮੈਨੇਜਰ ਦੀ ਜਿਹੜੀ ਆ ਇਨਫੋਰਮੇਸ਼ਨ ਐਜੂਕੇਸ਼ਨ ਐਂਡ ਕਮਿਊਨੀਕੇਸ਼ਨ ਦੇ ਵਿੱਚ ਪੋਸਟ, ਪਲੱਸ ਇਹਨਾਂ ਨੇ ਇੱਕ ਵੈਕੈਂਸੀ ਜਿਹੜੀ ਕਰਨੀ ਆ ਫੋਰ ਦਾ ਸੀਨੀਅਰ ਅਸਿਸਟੈਂਟ ਮੈਨੇਜਰ ਕੈਪੇਸਿਟੀ ਬਿਲਡਿੰਗ, ਫਿਰ ਇੱਕ ਵੈਕੈਂਸੀ ਇਹਨਾਂ ਨੇ ਜਿਹੜੀ ਆ ਉਹ ਫਿਲ ਕਰਨੀ ਆ ਫੋਰ ਦਾ ਪੋਸਟ ਫੋਰ ਸੀਨੀਅਰ ਅਸਿਸਟੈਂਟ ਮੈਨੇਜਰ ਸੋਲਿਡ ਵੇਸਟ ਮੈਨੇਜਮੈਂਟ। ਇਸ ਦੇ ਰਿਲੇਟਡ ਫਰਦਰ ਇਨਫੋਰਮੇਸ਼ਨ ਲਈ ਸਾਈਟ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਆ ਅਤੇ ਇਹ ਵਾਲੇ ਫੋਰਮ ਜਿਹੜੇ ਤੁਸੀਂ ਫਿਲ ਕਰ ਸਕਦੇ ਆ। ਨੈਕਸਟ ਵੈਕੈਂਸੀ ਆ ਫਰੈਂਡ, ਪੰਜਾਬ ਸਟੇਟ ਕੌਂਸਲ ਫੋਰ ਸਾਇੰਸ ਐਂਡ ਟੈਕਨੋਲੋਜੀ ਚੰਡੀਗੜ੍ਹ। ਇਸ ਦੇ ਵਿੱਚ ਜਿਹੜੀ ਵੈਕੈਂਸੀਆਂ ਨੇ ਉਹ ਜੂਨੀਅਰ ਅਕਾਊਂਟ ਐਗਜ਼ੀਕਿਊਟਿਵ ਦੀ ਆ, ਇਹਦਾ ਪੇ ਸਕੇਲ ਵੀ ਕਾਫੀ ਵਧੀਆ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ। ਜਿਹੜੇ ਵੀ ਇੰਟਰਸਟਡ ਕੈਂਡੀਡੇਟਸ ਨੇ ਆਪਣੀ ਐਪਲੀਕੇਸ਼ਨ ਜਿਹੜੀਆਂ ਨੇ 22/7/2019 ਤੋਂ ਪਹਿਲਾਂ ਜਿਹੜੀਆਂ ਫਿਲ ਕਰ ਸਕਦੇ ਨੇ। ਇਸ ਦੇ ਰਿਲੇਟਡ ਫਰਦਰ ਇਨਫੋਰਮੇਸ਼ਨ ਲੈਣ ਲਈ ਤੁਸੀਂ ਜਿਹੜੇ ਵਾ ਇਹ ਵਾਲੀ ਸਾਈਟ 'ਤੇ ਦੇਖ ਸਕਦੇ ਆ। ਫਰੈਂਡਸ, ਮੈਂ ਆਲਮੋਸਟ ਸਾਰਿਆਂ ਦੇ ਨਾਲ ਸਾਈਟ ਦਿੱਤੀ ਹੈ, ਜੇਕਰ ਤੁਹਾਨੂੰ ਕੋਈ ਸਾਈਟ ਕਲੀਅਰ ਨਹੀਂ ਹੈਗੀ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਪੁੱਛ ਸਕਦੇ ਆ,
ਜਿੰਨੀਆਂ ਵੀ ਮੈਂ ਤੁਹਾਨੂੰ ਵੈਕੈਂਸੀਜ਼ ਦੱਸੀਆਂ ਨੇ ਉਹਦੇ ਰਿਲੇਟਡ ਫੁੱਲ ਇਨਫੋਰਮੇਸ਼ਨ ਲੈਣ ਲਈ, ਪੰਜਾਬੀ ਦੇ ਵਿੱਚ ਫੁੱਲ ਇਨਫੋਰਮੇਸ਼ਨ ਲੈਣ ਲਈ ਦੇ ਨਾਲ ਉਹਨਾਂ ਨੂੰ ਔਨਲਾਈਨ ਫਿਲ ਕਰਨ ਦੇ ਵਾਸਤੇ ਤੁਸੀਂ ਸਾਈਟ ਵਿਜ਼ਿਟ ਕਰ ਸਕਦੇ ਆ। ਉਹਦਾ ਲਿੰਕ ਵੀ ਮੈਂ ਇਸੇ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ 'ਚ ਤੁਹਾਨੂੰ ਦੇ ਦਾਂਗੀ। ਸਾਈਟ ਹੈਗੀ ਹੈ www.earnmoneyjobs.com EARNMONEYJOBS। ਸੋ earnmoneyjobs.com ਇਹ ਸਾਈਟ ਮੈਂ ਕੋਈ ਪ੍ਰਮੋਸ਼ਨ ਦੇ ਵਾਸਤੇ ਤੁਹਾਨੂੰ ਨਹੀਂ ਦੱਸਣ ਰਹੀ, ਦਿਸ ਇਜ਼ ਜਸਟ ਫੋਰ ਯੋਰ ਇਜ਼ ਕਿ ਤੁਸੀਂ ਈਜ਼ੀਲੀ ਜਿਹੜੇ ਆਪਣੇ ਫੋਰਮ ਫਿਲ ਕਰ ਸਕਦੇ ਹੋ। ਸੋ ਇਫ ਯੂ ਹੈਵ ਐਨੀ ਕਾਇੰਡ ਆਫ ਪ੍ਰੋਬਲਮ ਡਿਊਰਿੰਗ ਫਿਲਿੰਗ ਦਿਸ ਫੋਰਮ, ਯੂ ਕੈਨ ਵਿਜ਼ਿਟ ਦਿਸ ਸਾਈਟ ਐਂਡ ਯੂ ਕੈਨ ਫਿਲ ਯੋਰ ਫੋਰਮ। ਉਹ ਸਾਈਟ 'ਤੇ ਤੁਹਾਡੇ ਹਰ ਇੱਕ ਤਰ੍ਹਾਂ ਦੇ ਫੋਰਮ ਜਿੰਨੇ ਵੀ ਮੈਂ ਤੁਹਾਨੂੰ ਦੱਸਿਆ ਸਾਰੇ ਤੁਹਾਡੇ ਫਿਲ ਹੋ ਜਾਣਗੇ। ਸੋ ਫਰੈਂਡਸ, ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਤੁਸੀਂ ਸਾਡਾ ਵਟਸਐਪ ਗਰੁੱਪ ਵੀ ਜੁਆਇਨ ਕਰ ਸਕਦੇ ਹੋ ਫੋਰ ਡੇਲੀ ਅਪਡੇਟਸ। ਸੋ ਉਸਦੇ ਵਾਸਤੇ ਤੁਹਾਨੂੰ ਇਸੇ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ 'ਚ ਲਿੰਕ ਦਿੱਤਾ, ਉੱਥੇ ਕਲਿੱਕ ਕਰਨਾ ਹੈ ਅਤੇ ਸਾਡਾ ਵਟਸਐਪ ਗਰੁੱਪ ਜੁਆਇਨ ਕਰਨਾ। ਦਿਸ ਇਜ਼ ਗੋਇੰਗ ਟੂ ਬੀ ਵੈਰੀ ਬੈਨੀਫਿਸ਼ੀਅਲ ਗਰੁੱਪ ਫੋਰ ਆਲ ਆਫ ਯੂ, ਕਿਉਂਕਿ ਇਸ ਵਿੱਚ ਤੁਹਾਨੂੰ ਹਰ ਇੱਕ ਸਟੱਡੀ ਮਟੀਰੀਅਲ, ਈਵਨ ਕਿ ਹਰ ਇੱਕ ਗੌਰਮੈਂਟ ਜੋਬ ਦੇ ਡੇਲੀ ਬੇਸਿਸ 'ਤੇ ਅਪਡੇਟਸ ਜਿਹੜੇ ਉਹ ਮਿਲਦੇ ਨੇ। ਸੋ ਦਿਸ ਇਜ਼ ਰੀਅਲੀ ਗੋਇੰਗ ਟੂ ਬੀ ਅ ਵੈਰੀ ਬੈਨੀਫਿਸ਼ੀਅਲ ਗਰੁੱਪ ਇਨ ਯੋਰ ਵਟਸਐਪ। ਸੋ ਤੁਸੀਂ ਇਹ ਜੁਆਇਨ ਕਰ ਸਕਦੇ ਹਾਂ। ਸੋ ਯੂ ਕੈਨ ਜੁਆਇਨ ਅਸ ਔਨ ਦਾ ਟੈਲੀਗ੍ਰਾਮ ਆਲਸੋ, ਔਰ ਟੈਲੀਗ੍ਰਾਮ ਦੇ ਉੱਪਰ ਜੁਆਇਨ ਕਰਨ ਵਾਸਤੇ ਇਸੇ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ 'ਚ ਲਿੰਕ ਦਿੱਤਾ ਹੈ। ਉੱਥੇ ਜੁਆਇਨ ਕਰਕੇ ਹਰ ਇੱਕ ਗੌਰਮੈਂਟ ਜੋਬ ਦੀ ਡੇਲੀ ਬੇਸਿਸ 'ਤੇ ਤੁਸੀਂ ਅਪਡੇਟ ਲੈ ਸਕਦੇ ਹੋ, ਪਲੱਸ ਯੂ ਕੈਨ ਹੈਵ ਸਟੱਡੀ ਮਟੀਰੀਅਲ ਫੋਰ ਕਰੈਕਿੰਗ ਦੀਜ਼ ਇਗਜ਼ਾਮ ਫੋਰ ਗੌਰਮੈਂਟ ਜੋਬਸ। ਸੋ ਦਿਸ ਇਜ਼ ਆਲ ਦਾ ਸਟੱਡੀ ਮਟੀਰੀਅਲ ਜਿਹੜੇ ਕਿ ਤੁਹਾਨੂੰ ਦੱਸ ਰਹੇ ਹਾਂ ਕਿ ਵੀ ਹੈਵ ਐਕਸਪੀਰੀਅੰਸ ਫੋਰ ਦੀਜ਼ ਕਰੈਕਿੰਗ ਦੀਜ਼ ਇਗਜ਼ਾਮ। ਸਾਡੇ ਪਿਛਲੇ ਸਾਲਾਂ ਦੇ ਕੁਸ਼ਚਨ ਪੇਪਰ ਹਰ ਇੱਕ ਤਰ੍ਹਾਂ ਦੇ ਅਵੇਲੇਬਲ ਨੇ, ਉਹਦੇ ਬੇਸਿਸ ਦੇ ਉੱਪਰ ਹੀ ਸਾਡੀ ਟੀਮ ਵੱਲੋਂ ਹਾਰਡਵਰਕ ਕਰਕੇ ਨੋਟਸ ਪ੍ਰਪੇਅਰ ਕੀਤੇ ਜਾਂਦੇ ਆ। ਸੋ ਇਫ ਯੂ ਆਰ ਪ੍ਰਪੇਅਰਿੰਗ ਫੋਰ ਐਨੀ ਆਫ ਦੀਜ਼ ਇਗਜ਼ਾਮ, ਯੂ ਕੈਨ ਹੈਵ ਦੀਜ਼ ਨੋਟਸ ਬਾਏ ਪੇਇੰਗ ਅ ਸਮਾਲ ਅਮਾਊਂਟ। ਇਸੇ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ 'ਚ ਲਿੰਕ ਦਿੱਤਾ ਹੈ ਸਾਰੇ ਨੋਟਸ ਦਾ, ਜਿਹਦੇ ਵਿੱਚ ਥਿਊਰੀ ਵਾਈਜ਼ ਸਾਰੇ ਟੋਪਿਕ ਕਵਰ ਕੀਤੇ ਗਏ ਨੇ, ਪਿਛਲੇ ਸਾਲਾਂ ਦੇ ਕੁਸ਼ਚਨ ਦਿੱਤੇ ਗਏ ਨੇ ਵਿਦ ਆਨਸਰ, ਅਤੇ ਨੈਕਸਟ ਜਿਹੜੇ ਆ ਥਿਊਰੀ ਵਾਈਜ਼ ਤੁਹਾਨੂੰ ਹਰ ਇੱਕ ਦੀ ਪ੍ਰੈਪਰੇਸ਼ਨ ਕੀਤੀ ਜਾਂਦੀ ਆ। ਸੋ ਇਫ ਯੂ ਆਰ ਪ੍ਰਪੇਅਰਿੰਗ ਫੋਰ ਐਨੀ ਅਦਰ ਇਗਜ਼ਾਮ, ਤੁਹਾਨੂੰ ਉਹਦੇ ਵੀ ਨੋਟਸ ਚਾਹੀਦੇ, ਯੂ ਕੈਨ ਆਸਕ ਮੀ ਇਨ ਦਾ ਕਮੈਂਟ ਬਾਕਸ। ਯੋਰ ਰੀਤ ਇਜ਼ ਆਲਵੇਜ਼ ਦੇਅਰ ਟੂ ਹੈਲਪ ਯੂ ਫੋਰ ਕਰੈਕਿੰਗ ਦੀਜ਼ ਇਗਜ਼ਾਮ, ਫੋਰ ਗੌਰਮੈਂਟ ਜੋਬ ਐਂਡ ਫੋਰ ਹੈਵਿੰਗ ਦੀਜ਼ ਜੋਬਸ ਇਨ ਯੋਰ ਪੋਕਿਟ। ਸੋ ਵਨ ਥਿੰਗ ਯੂ ਹੈਵ ਟੂ ਡੂ ਕਿ ਜਿਹੜੇ ਵੀ ਮੈਂ ਫੋਰਮ ਦੱਸਦੀ ਹਾਂ ਫਿਲ ਜ਼ਰੂਰ ਕਰਨੇ ਆ, ਤਾਂ ਗੌਰਮੈਂਟ ਜੋਬ ਤੁਹਾਨੂੰ ਈਜ਼ੀਲੀ ਮਿਲ ਜਾਣੀ ਆ। ਸੋ ਫਰੈਂਡਸ, ਦਿਸ ਵਾਜ਼ ਆਲਸੋ ਅਬਾਊਟ ਟੂਡੇਜ਼ ਵੀਡੀਓ। ਆਈ ਰੀਅਲੀ ਅਪੋਲੋਜਾਈਜ਼ ਕਿ ਮੈਂ ਇੰਨੀ ਦੇਰ ਬਾਅਦ ਤੁਹਾਨੂੰ ਇਹ ਵਾਲੀਆਂ ਜਿਹੜੀਆਂ ਵੀਡੀਓ ਅਪਲੋਡ ਕਰ ਰਹੀ ਹਾਂ, ਨੈਕਸਟ ਟਾਈਮ 'ਤੇ ਇੱਦਾਂ ਦਾ ਕੁਛ ਨਹੀਂ ਹੋਏਗਾ। ਤੁਹਾਡੀ ਰੀਤ ਤੁਹਾਡੇ ਨਾਲ ਸਟੇਟ ਟਿਊਨਡ ਰਹੇਗੀ, ਤੁਹਾਨੂੰ ਹਰ ਇੱਕ ਗੌਰਮੈਂਟ ਜੋਬ ਦੀ ਅਪਡੇਟ ਦਿੰਦੀ ਰਹੇਗੀ। ਫੋਰ ਦੈਟ ਡੂ ਸਬਸਕ੍ਰਾਈਬ ਅਵਰ ਯੂਟਿਊਬ ਚੈਨਲ ਅਰਨ ਮਨੀ ਜੋਬ ਐਂਡ ਪ੍ਰੈਸ ਦਾ ਬੈਲ ਆਈਕਨ। ਸਟੇਟ ਟਿਊਨਡ ਵਿਦ ਮੀ ਫੋਰ ਮੋਰ ਗੌਰਮੈਂਟ ਜੋਬਸ ਅਪਡੇਟਸ। ਬਾਏ ਐਂਡ ਟੇਕ ਕੇਅਰ।